ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਮੰਜੀ ਸਾਹਿਬ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਬਰਨਾਲਾ ਰੋਡ ਤੇ ਜੋ ਇਹ ਬਰਨਾਲੇ ਪੁਰ ਦੀ ਖੁਦਾਈ ਦੌਰਾਨ ਪ੍ਰਾਪਤ ਕੀਤੇ ਗਏ ਨਾ ਇਹਨਾਂ ਕੁਝਿਆਂ ਵਿੱਚ ਹੁਕਮਨਸਾਬ ਜਿਹੜੇ ਲਿਖੇ ਹੋਏ ਸੀ ਉਹ ਨਿਕਲੇ ਨੇ ਜੀ ਇਹਨਾਂ ਵਿੱਚੋਂ ਇਹਨਾਂ ਕੁਝਿਆਂ ਵਿੱਚ ਪਾ ਕੇ ਸਾਂਭੇ ਗਏ ਸੀ दुकानदार बाणिए ने जो गुड़ दिता वह बहुत ही ढिला गुड़ सीगा सो महाराज जी ने कहा कि ढिला गुड़ दिता है भाई सो इत्थों दे बाणिए ने जेड़े वो ढिले ही रहणगे सो सारयां नूं जी प्यार भरी सति श्री अकाल वाहिगुरू जी का खालसा वाहिगुरू जी की फतेह सो अज दे ब्लॉक विच तुहाडा सारयां दा निघा स्वागत है जी सो अज आपां जा रहे हैं उस पिंड विच जिस पिंड नूं माण प्राप्त है दो पातशाहियां दा दो पातशाहियां जिहड़ियां ने नौवीं पातशाही ते दसवीं पातशाही साहिब श्री गुरु तेग बहादुर साहिब जी और साहिब श्री गुरु गोबिंद सिंह महाराज जी उस पिंड च जिहड़े आए सी उहनां नूं उस माण प्राप्त है चरण छोह प्राप्त धरती है सो गल कर रहे हैं पिंड मूलोवाल जिला संगरूर ਧੂਰੀ ਤੋਂ ਬਰਨਾਲੇ ਰੋਡ 'ਤੇ ਇਹ ਪਿੰਡ ਸਥਿਤ ਹੈ ਜੀ ਸੋ ਆਓ ਆਪਾਂ ਰਲ ਮਿਲ ਕੇ ਦਰਸ਼ਨ ਕਰੀਏ ਅਤੇ ਇਤਿਹਾਸ ਦੀ ਸਾਂਝ ਪਾਵਾਂਗੇ ਸੋ ਆਓ ਜੀ ਫਿਰ ਆਪਾਂ ਚੱਲੀਏ ਅਤੇ ਦਰਸ਼ਨ ਕਰੀਏ गया पिंड मूलोवाल पिंड का मेन चौंक है जी ये बरनाला इतों 19 किलोमीटर है शेरपुर हैगा 11 किलोमीटर शेरपुर सज्जे पासे राइट तो आप हुण लैफ्ट मुड़ गए गुरु घर नूं जांदा रस्ता जिहड़ा ये पिंड दा ये सड़क है जी पिंड की फिरनी बार बार दी पिंड काफी बड़ा होगा परमिंदर सिंह काफी है जी काफी वोट होनी है पिंड की क्योंकि इतिहासक पिंड है ना ये कुदरती गल है जेडे इतिहासक पिंड नगर होंगे ने उन्होंने देख रेख वक्री होंगी है आप पहुंच चुके हैं गुरुद्वारा साहब को ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਮੰਜੀ ਸਾਹਿਬ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਬਰਨਾਲਾ ਰੋਡ 'ਤੇ ਜੋ ਇਹ ਬਰਨਾਲੇ ਨੂੰ ਚਲੀ ਜਾਂਦੀ ਇੱਧਰ ਰੋਡ ਆ ਸੋ ਆਓ ਆਪਾਂ ਜੋੜੀ ਸਾਹਿਬ ਦੇ ਸਾਹਮਣੇ ਖੜ੍ਹੇ ਹਾਂ ਦਰਸ਼ਨ ਕਰੀਏ ਸੋ ਆ ਜੀ ਧੂਰੀ ਤੋਂ ਰੋਡ ਆਈ ਹੈ ਅਤੇ ਇੱਧਰ ਜਿਹੜੀ ਆ ਬਰਨਾਲੇ ਵੱਲ ਚਲੀ ਗਈ ਸੋ ਆ ਜੀ ਗੁਰੂ ਘਰ ਦੇ ਦਰਸ਼ਨ ਕਰੋ ਜੋੜੀ ਸਾਹਿਬ ਦੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ ਪਾਤਸ਼ਾਹੀ ਇੱਥੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋ ਇਸ ਮਾਣ ਪ੍ਰਾਪਤ ਹੈ ਇਸ ਨਗਰ ਨੂੰ ਇੱਥੇ ਉਹਨਾਂ ਨੇ ਕੁਝ ਦਿਨ ਬਤੀਤ ਕੀਤੇ ਸੋ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਔਰ ਸੰਗਤਾਂ ਨੂੰ ਉਤਾਰਿਆ ਨਾਮ ਬਾਣੀ ਨਾਲ ਜੁੜਿਆ
ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਪਾਤਸ਼ਾਹੀ ਦਸਵੀਂ। ਗੁਰੂ ਪਿਆਰੀ ਸਤਿਸੰਗ ਜੀ, ਇਸ ਸਥਾਨ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪਹੁੰਚ ਕੇ ਨਗਰ ਨੂੰ ਬਖਸ਼ਿਸ਼ਾਂ ਬਖਸ਼ੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਦੀ ਫੇਰੀ ਦੌਰਾਨ ਮੂਲੋਵਾਲ ਪਹੁੰਚ ਕੇ ਇੱਥੋਂ ਦੇ ਖਾਰੇ ਪਾਣੀ ਨੂੰ ਮਿੱਠਾ ਕੀਤਾ, ਹੋਰ ਬੇਅੰਤ ਬਖਸ਼ਿਸ਼ਾਂ ਕੀਤੀਆਂ। ਗੁਰੂ ਸਾਹਿਬ ਜੀ ਇੱਥੇ 4 ਦਿਨ ਰਹੇ। ਇਸ ਛੱਪੜੀ 'ਚ ਗੁਰੂ ਸਾਹਿਬ ਜੀ ਨੇ ਇਸ਼ਨਾਨ ਕਰਦੇ ਸਨ, ਉਸ ਛੱਪੜੀ ਨੂੰ ਵਰ ਦਿੱਤਾ। ਜੋ ਇਸ 'ਚ ਮੱਸਿਆ ਦਾ ਇਸ਼ਨਾਨ ਕਰੇਗਾ ਉਸਦੇ ਸਭੇ ਦੁੱਖ ਦੂਰ ਹੋਣਗੇ। ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦਾ ਭਰੋਸਾ ਦੇਖਣ ਲਈ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਚੱਲੇ। ਆਲਮਗੀਰ ਮਾਨ ਸਿੰਘ ਅਤੇ ਭਾਈ ਨਿਗਾਹੀ ਸਿੰਘ ਪਾਸ ਪਹੁੰਚੇ, ਜਿਸ ਨੇ ਗੁਰੂ ਸਾਹਿਬ ਨੂੰ ਆਪਣਾ ਵਧੀਆ ਘੋੜਾ ਦਿੱਤਾ। ਉਸ 'ਤੇ ਅਸਵਾਰ ਹੋ ਕੇ ਗੁਰੂ ਸਾਹਿਬ ਰਾਏਕੋਟ ਨੂੰ ਚਲੇ ਗਏ। ਉੱਥੇ ਪਤਾ ਲੱਗਿਆ ਕਿ ਗੁਰੂ ਨੂੰ ਘੋੜਾ ਦੇਣ ਦੇ ਦੋਸ਼ ਵਿੱਚ ਜ਼ਾਲਮ ਸਰਕਾਰਾਂ ਨੇ ਉਸਦਾ ਟੱਬਰ, ਮੁੰਡਾ ਅਤੇ ਭੈਣ ਕਤਲ ਕਰ ਦਿੱਤੇ। ਪਰ ਨਿਗਾਹੀ ਸਿੰਘ ਬਚ ਕੇ ਆਪਣੇ ਨਾਨਕੇ ਇਸ ਸਥਾਨ ਦੇ ਮੂਲੋਵਾਲ ਪਿੰਡ ਆ ਗਿਆ। ਗੁਰੂ ਸਾਹਿਬ ਆਪਣੇ ਸਿੰਘਾਂ ਨੂੰ ਮਿਲਣ ਲਈ ਮੂਲੋਵਾਲ ਆਏ, ਧੀਰਜ ਦਿੱਤਾ, ਵਰ ਬਖਸ਼ੇ ਕਿ ਤੈਂ ਪਿੰਡ ਤਾਂ ਤਾਰਿਆ ਹੈ ਅਤੇ ਨਾਨਕੇ ਵੀ ਤਾਰ ਦਿੱਤੇ। ਨੌਵੇਂ ਗੁਰੂ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਨਾਲ ਮੰਜੀ ਸਾਹਿਬ ਬਣਾਈ, ਜੋ ਕਿ ਦਰਬਾਰ ਵਿੱਚ ਸੁਸ਼ੋਭਿਤ ਹੈ, ਅਤੇ ਨਗਰ ਨੂੰ ਆਪਣੀ ਨਗਰੀ ਦਾ ਮਾਣ ਨਾਮ ਨਾਲ ਨਿਵਾਜਿਆ। ਦਸਵੇਂ ਗੁਰਾਂ ਨੇ ਵਰ ਬਖਸ਼ਿਆ ਕਿ 15 ਪੋਹ ਦੇ ਦਿਨ ਆਪ ਹਾਜ਼ਰ ਹੋਵੋਗੇ, ਕੋਈ ਬੇਅਦਬੀ ਨਾ ਕਰਨੀ। ਇਹ ਸੰਖੇਪ ਇਤਿਹਾਸ ਨੌਵੇਂ ਅਤੇ ਦਸਵੇਂ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੁਕਮਨਾਮਾ ਸਾਹਿਬ ਤਵਾਰੀਖ ਗੁਰੂ ਖਾਲਸਾ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਅਤੇ ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਦੇ ਅਧਾਰਤ ਹੈ। ਇਸ ਸਥਾਨ 'ਤੇ ਜੋ ਸ਼ਰਧਾ ਨਾਲ ਆ ਕੇ ਮੱਸਿਆ ਦਾ ਇਸ਼ਨਾਨ ਕਰਦੇ ਹਨ, ਉਹਨਾਂ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਗੁਰੂ ਸਾਹਿਬ ਆਪ ਪੂਰ ਕਰਦੇ ਹਨ ਜੀ। ਸੋ ਇਹ ਹੈ ਜੀ ਗੁਰੂ ਘਰ ਦਾ ਸਰੋਵਰ ਸਾਹਿਬ, ਜਿੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਜਗ੍ਹਾ 'ਤੇ 4 ਦਿਨ ਠਹਿਰੇ, ਨਾਮ ਬਾਣੀ ਨਾਲ ਸੰਗਤਾਂ ਨੂੰ ਜੋੜਿਆ। ਉੱਥੇ ਇਹ ਜਦ ਇਹ ਬਿਲਕੁਲ ਛੱਪੜੀ ਸੀਗੀ ਕੱਚੀ, ਇੱਥੇ 4 ਦਿਨ ਗੁਰੂ ਮਹਾਰਾਜ ਜੀ ਨੇ ਇਸ਼ਨਾਨ ਪਾਣੀ ਕੀਤਾ। ਸੋ ਇਹੀ ਛੱਪੜੀ ਨੂੰ ਅੱਜ ਵਾਰਾ ਹੈ ਕਿ ਮੱਸਿਆ ਦੇ ਦਿਨ ਜੋ ਵੀ ਇੱਥੇ ਨਾਏਗਾ ਉਹ ਮੋਹ ਮੰਗੀਆਂ ਮੁਰਾਦਾਂ ਦੇ ਤੰਦਰੁਸਤੀ, ਕੋਈ ਵੀ ਸ਼ਰਧਾ ਨਾਲ ਜੋ ਆ ਕੇ ਇੱਥੇ ਇਸ਼ਨਾਨ ਕਰੇਗਾ ਮੱਸਿਆ ਵਾਲੇ ਦਿਨ, ਉਹਨਾਂ ਦੇ ਦੁੱਖ ਦੂਰ ਹੁੰਦੇ ਹਨ। ਇਹ ਉਹ ਛੱਪੜੀ ਸੀ ਜੋ ਅੱਜ ਸਰੋਵਰ ਦੇ ਰੂਪ ਵਿੱਚ ਆਪ ਸੰਗਤਾਂ ਦਰਸ਼ਨ ਕਰ ਰਹੇ ਹਾਂ ਜੀ। ਸੋ ਆਓ ਆਪਾਂ 5 ਇਸ਼ਨਾਨਾਂ ਕਰਕੇ ਫਿਰ ਅੱਗੇ ਗੁਰੂ ਘਰ ਦੇ ਦਰਸ਼ਨ ਕਰਾਂਗੇ ਜੀ। ਪਹੁੰਚ ਚੁੱਕੇ ਹਾਂ ਜੀ ਦਰਬਾਰ ਸਾਹਿਬ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
दर्शन कर रहे हैं जी। हुक्मनामा श्री गुरु तेग बहादुर साहब जी ते हुक्मनामा श्री गुरु गोबिंद सिंह जी अते उन्हां ये हुक्मनामे ने जो सरोवर विचों निकलियां इट्टां ने जिहड़ियां पुरातन इट्टां ने जी। हुक्मनामा श्री गुरु तेग बहादुर साहब जी, हुक्मनामा श्री गुरु गोबिंद सिंह जी ते सरोवर चों पुरातन इट्टां जिहड़ियां निकलियां ने ये हुक्मनामे ने जी। सो साहब श्री गुरु तेग बहादुर साहब जी ते धन धन साहब श्री गुरु गोबिंद सिंह जी महाराज दे। ਇਹ ਉਹ ਕੁੱਜੇ ਨੇ ਜੀ ਜਿਨ੍ਹਾਂ ਵਿੱਚ ਹੁਕਮਨਾਮੇ ਉਹਨਾਂ ਟਾਈਮਾਂ ਦੇ ਬੰਦ ਸੀ ਜੋ ਸੋਹਰ ਦੀ ਖੁਦਾਈ ਦੌਰਾਨ ਪ੍ਰਾਪਤ ਕੀਤੇ ਗਏ ਹਨ। ਇਹਨਾਂ ਕੁੱਜਿਆਂ ਵਿੱਚ ਹੁਕਮਨਸਾਵਾ ਜਿਹੜੇ ਲਿਖੇ ਹੋਏ ਸੀ ਉਹ ਨਿਕਲੇ ਨੇ ਜੀ ਇਹਨਾਂ ਵਿੱਚੋਂ, ਇਹਨਾਂ ਕੁੱਜਿਆਂ ਵਿੱਚ ਪਾ ਕੇ ਸਾਂਭੇ ਗਏ ਸੀਗੇ। ਸੋ ਸੇਵਾ ਦੌਰਾਨ ਨਿਕਲੇ ਨੇ ਜੀ ਇੱਥੋਂ। ਸੋ ਸੰਗਤ ਜੀ, ਜਿਸ ਜਗ੍ਹਾ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪਹਿਲਾਂ ਜਿਹੜਾ ਦਰਖਤ ਸੀ ਮੜੇ ਦਾ ਦਰਖਤ ਸੀਗਾ ਜੋ ਥੱਲੇ ਬਹੁਤ ਨੀਵਾਂ ਸੀ ਕਿਉਂਕਿ ਉਦੋਂ ਬਾਅਦ ਗੁਰੂ ਘਰ ਉੱਚਾ ਚੱਕ ਕੇ ਬਣਾਇਆ ਗਿਆ ਹੈ। ਸੋ ਇੱਥੇ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਮਲੇ ਦੇ ਰੁੱਖ ਨਾਲ ਆਪਣਾ ਘੋੜਾ ਬੰਨਿਆ ਸੀਗਾ। ਸੋ ਬਹੁਤ ਹੀ ਪਵਿੱਤਰ ਇਸ ਰੁੱਖ ਨੂੰ ਭਾਗ ਲੱਗੇ ਨੇ ਇਸ ਜਗ੍ਹਾ ਨੂੰ। ਸੋ ਹੁਣ ਇਹ ਤਰਵੈਣੀ ਬਣ ਚੁੱਕੀ ਹੈ ਜੀ, ਹਾਂ ਬਾਬਾ ਜੀ। ਸੋ ਆਹ ਉੱਪਰ ਆਪ ਦਰਖਤ ਦੇ ਦਰਸ਼ਨ ਕਰ ਸਕਦੇ ਹੋ। ਸੋ ਪਿੱਪਲ ਹੈ ਇੱਕ, ਇੱਕ ਨਿੰਮ ਹੈ। ਸੋ ਇੱਕ ਨਿੰਮ ਹੈ ਜੀ ਤੇ ਇੱਕ ਪਿੱਪਲ ਹੈ। ਨਿੰਮ ਪਿੱਪਲ ਤੇ ਨੀਚੇ ਮਲੇ ਦਾ ਦਰਖਤ ਸੀਗਾ। ਸੋ ਇੱਥੇ ਤਰਵੈਣੀ ਦਾ ਜਿਹੜਾ ਇਹ ਦਰਖਤ ਦੁਬਾਰੇ ਫੁੱਟਿਆ ਜੀ। ਸੋ ਬਹੁਤ ਹੀ ਨੀਵਾਂ ਸਥਾਨ ਜੀ, ਆਹ ਦੇਖੋ ਤੁਸੀਂ ਪਹਿਲਾਂ ਕਿੰਨੀ ਉਚਾਈ ਤੇ ਅਸੀਂ ਘੱਟੋ ਘੱਟ 10 ਪੌੜੀਆਂ ਉੱਪਰ ਹਾਂ। ਸੋ ਆਹ ਜਿਹੜਾ ਸੁੱਕਾ ਡੱਕਾ ਤੁਸੀਂ ਡਾਹਣੀ ਦੇਖ ਰਹੇ ਹੋ ਇਹ ਮਲੇ ਦਾ ਦਰਖਤ ਸੀ ਪੁਰਾਣਾ। ਸੋ ਆਮ ਪਿੱਪਲ ਨਿਕਲਿਆ ਫਿਰ ਇਦੋਂ ਬਾਅਦ ਨਿੰਮ। ਸੋ ਅਸੀਂ ਪਿੱਪਲ ਦੇ ਦਰਖਤ ਦੇ ਪੱਤੇ ਦੇਖਦੇ ਹਾਂ ਬਹੁਤ ਛੋਟੇ ਛੋਟੇ, ਪਰ ਇਹ ਬਹੁਤ ਵੱਡੇ ਵੱਡੇ ਪੱਤੇ ਨੇ ਜੀ, ਪਰੋਟੇ ਦੇ ਪੱਤੇ ਨੇ ਜੀ, ਪਰੋਟੇ ਤੋਂ ਵੀ ਵੱਡੇ ਪੱਤੇ ਲੱਗਦੇ ਨੇ ਜੀ, ਇਹਦੇ ਬਹੁਤ ਵੱਡੇ ਪੱਤੇ ਨੇ ਜੀ। ਆਮ ਪਿੱਪਲ ਦੇ ਪੱਤੇ ਛੋਟੇ ਹੁੰਦੇ ਨੇ, ਬਹੁਤ ਵੱਡਾ ਪੱਤਾ ਹੈ ਜੀ ਇਹਦਾ। ਸੋ ਆਪ ਦਰਸ਼ਨ ਕਰ ਰਹੇ ਹੋ ਜੀ, ਇੰਨੀ ਉਚਾਈ 'ਚ ਅਸੀਂ ਨਿਮਾਣਦੇ ਹਾਂ ਜਿੱਥੇ ਮਹਾਰਾਜ ਜੀ ਨੇ ਆਹ ਹੁਣ ਕਮਰਾ ਬਣਾਇਆ, ਘੋੜਾ ਬੰਨਿਆ ਸੀਗਾ ਇੱਥੇ। ਸੋ ਉੱਚੀ ਜਗ੍ਹਾ ਹੋ ਗਈ ਜੀ ਹੁਣ। ਸੰਗਤ ਜੀ, ਜੋ ਆਪਾਂ ਅੰਦਰ ਹੁਕਮਨਾਮੇ ਦੇਖੇ ਸੀਗੇ ਕੁੱਜਿਆਂ ਦੇ ਵਿੱਚੋਂ ਨਿਕਲੇ, ਉਹਨਾਂ ਦਾ ਸ਼੍ਰੋਮਣੀ ਕਮੇਟੀ ਦੁਆਰਾ ਜੋ ਹੁਕਮਨਾਮੇ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ, ਇਹ ਹੁਕਮਨਾਮੇ ਜੀ, ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਹੁਕਮਨਾਮਾ ਹੈ। ਸੋ ਥੱਲੇ ਦਸਖਤ ਨੇ ਮਹਾਰਾਜ ਜੀ ਦੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ, ਚੌਧਰਪਣਾ ਖਤਮ ਕਰਕੇ ਪੰਚਾਇਤ ਨੂੰ ਬਲ ਬਖਸ਼ਿਆ, ਹੁਕਮ ਕੀਤਾ ਵੀ ਜੋ ਪੰਚਾਇਤ ਇੱਥੇ ਆ ਕੇ ਅਰਦਾਸ ਬੇਨਤੀ ਕਰੂ ਸਾਰੇ ਕਾਰਜ ਰਾਸ ਹੋਣਗੇ। ਚੌਧਰੀ ਚੌਧਰਪੁਣਾ ਜਿਹੜਾ ਦਾ ਚੌਧਰੀ ਆ ਉਹਨਾਂ ਦਾ ਹੁਕਮ ਖਤਮ ਕਰਤੇ, ਖਤਮ ਕਰਕੇ ਪੰਚਾਇਤ ਨੂੰ ਬਖਸ਼ਿਸ਼ਾਂ ਬਖਸ਼ੀਆਂ, ਮਾਣ ਬਖਸ਼ਿਆ, ਪੱਗਾਂ ਵੀ ਦਿੱਤੀਆਂ ਗਰੀਬਾਂ ਨੂੰ। ਸੋ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਾ ਬਖਸ਼ੀ। ਇੱਧਰ ਜੀ ਹੁਕਮਨਾਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੁਕਮਨਾਮਾ। ਇੱਥੇ ਭਾਈ ਨਗਾਈ ਸਿੰਘ ਸੀਗਾ, ਅੱਛਾ ਜੀ, ਆਲਮਗੀਰ ਪਿੰਡ ਸੀ ਉਹਨਾਂ ਦਾ, ਇੱਥੇ ਨਾਨਕੇ ਸੀ, ਠੀਕ ਹੈ। ਉਹਨਾਂ ਦੇ ਘੋੜੇ ਦੇਣ ਦੇ ਦੋਸ਼ ਦੇ ਵਿੱਚ ਸਮੇਂ ਦੀ ਸਰਕਾਰ ਨੇ ਉਹਨਾਂ ਦਾ ਪਰਿਵਾਰ ਖਤਮ ਕਰਤਾ। ਅੱਛਾ ਜੀ। ਭਾਈ ਨਗਾਈ ਸਿੰਘ ਇੱਥੇ ਆਪਦੇ ਨਾਨਕੇ ਆ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਏਕੋਟ ਪਹੁੰਚੇ ਉਹਨਾਂ ਨੂੰ ਪਤਾ ਲੱਗਿਆ, ਰਾਤੋ ਰਾਤ ਇਸ ਜਗ੍ਹਾ ਤੇ ਪਹੁੰਚੇ, ਠੀਕ ਹੈ ਜੀ, ਨਿਸ਼ਾਨੀ ਦੱਸ ਕੇ ਇੱਥੇ ਭਾਈ ਨਾਨੂ ਜੀ ਸੇਵਾ ਕਰਦੇ ਸੀ ਸਥਾਨ ਦੀ, ਠੀਕ ਹੈ, ਉਹਨਾਂ ਨੂੰ ਦੱਸ ਕੇ ਭਾਈ ਪਿਆਰਾ ਸਿੰਘ ਤੇ ਭਾਈ ਨਗਾਈ ਸਿੰਘ, ਪਿਆਰਾ ਸਿੰਘ ਉਹਨਾਂ ਦਾ ਨਾਨਾ ਸੀ, ਪ੍ਰਸ਼ਾਦਾ ਪਾਣੀ ਲੈ ਕੇ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ
मिले जा के। ठीक है जी। इतने फिर गुरु साहब ने कहा भी भाई तां नानकी दा तारे आप तां तरिया नाल नानके भी तारते। नानके भी तारते जी। ठीक। इस जगह ते गुरु गोविंद सिंह जी 13-14-15 पौन नूं हाजर नाजर आप रहिंदे। आप रहिंदे ने। ठीक है जी। ठीक है जी। सत वचन। सो आप सब संगतां ने अंदर दर्शन किते। सो आपां जी हुण गुरु घर तों बाहर आ चुके हैं। इधर देखते काउंटर परचियां। सो जिथे ये पहली सेवा की जो गुरु घर बने आ बाबा संत बाबा रणजीत सिंह जी महापुरखा ने जो इत्थों दे सेवा कराई पहली इस गुरु घर की सामने उन्हों का अंगीठा साहब बनया है। सो आओ आप दर्शन करिए अंगीठा साहब के। इन्हां महापुरख पहुँचे हुए महापुरख से जो इत्थे तन तन गुरु तेग बहादुर साहब पातशाह जी ते गुरु गोबिंद सिंह जी दी जो इत्थे उन्हां दी याद विच इह गुरु घर बनिया है। सो आओ इन्हां महापुरखां दा आपां दर्शन करिए। अंगीठा साहब बनिया है जी इधर। ये भी संत महापुरश पहुँचे हुए रूह सन। संत बाबा जी ने इन्हां दी ड्यूटी लाई इत्थे। तो ये अंगीठा साहब है जी जिथे उन्हों का अंतम संस्कार किया गया। सो इतों की सेवा गुरद्वारा मंजी साहब तो गुरद्वारा मिठा खूह जेडे दो गुरु घर मुलोवाल पिंड दे विच हन। सो इस तो अलावा इलाके दे जिवें कि नाज मंडी गौरमेंट हाई स्कूल मुलोवाल दी उसारी दी भी सेवा इन्हां महापुरखां ने की। सो संगतां दे सहयोग नाल सो सेवा दिन रात अण तक मेहनत की इन्हां महापुरखां ने। ये उन्हां दा अंतम संस्कार इत्थे किया गया इत्थे अंगीठा साहब। हुण तां धन साहिब श्री गुरु ग्रंथ साहिब जी दे प्रकाश हन जी इत्थे। सो अंगीठा साहब दे आप दर्शन कर रहे हो। रब्बी रूहां हुंदियां ने जी संत महापुरख जो ऐसे सेवा अपनी जिंदगी विच निभाउंदियां हन जिन्हां दा का सेवा भाव सारी उम्र से सतगुरु की सेवा विच ही निकल जाता है। सो असीं धन्न हाँ जो अज इस हुण आपां चलने आ जी जिहड़ा पिंड च गुरु घर है मिठा खूह। इह गुरु घर दे आपां ने मंजी साहिब दे दर्शन कीते ने। सो इतिहास दी सांझ पाई। सो बहुत ही सुंदर गुरु घर पिंड दे बार बार जदों महाराज आए सी उदों इत्थे जंगल बियाबान ते थे सीगा पीरां दी जगह सी जी इह। सो संगत ने बेनती की कि इत्थे ही स्थान बनाए जाण। सो साहिब श्री गुरु तेग बहादुर साहिब जी ने अपने हत्थी मंजी तैयार करवाई। सो इत्थे गुरु घर देखो किड्डा शानदार बनिया है। सो आपां चलने जी हुण फिर पिंड विच जिथे गुरद्वारा खूह साहब सुशोभित है। सो आओ आप दर्शन करिए। चलो जी। सो आप दर्शनी द्योड़ी दे दर्शन कर रहे हैं जी। उपर तन धन श्री गुरु तेग बहादुर साहब जी की बनी हुई तस्वीर। सो आओ जी दर्शन करिए। सो झूल ते निशान पंथ महाराज दे। सो ये खूह है जी पुरातन जिथे महाराज जी ने संगतां ने बेनती की कि महाराज जी इस स्थान पर जो भी खूह है खारे हैं पूरा इस पिंड नगर का पानी जिहड़ा खारा पीण योग नहीं है दूसरे नगर तो पानी लिया जाता है।
सो महाराज जी ने कहा कि भाई गुड़ लैके आओ। सो इतों के दुकानदार बाणिए ने जो गुड़ दिता वह बहुत ही ढिला गुड़ सीगा। सो महाराज जी ने कहा कि ढिला गुड़ दिता है भाई, सो इतों के बाणिए ने जोड़े वो ढिले ही रहनगे। सो महाराज जी ने शरबत बना के इस खूह में पाया, इतों का पताल पूरा मिठा हो गया, पीण योग जल है जी। सो इतें टूटियां ला दतिया ने, पूरा मिठा पानी है जी, पीण योग पानी है जी। सो महाराज जी ने बख्शियां बख्शियां। सो अज तक इत जो किसी भी बाणिया परिवार नहीं रहा मुड़ के इतें, क्योंकि इतों का बाणिया परिवार है जो कामयाब नहीं। हाँ, दूसरे लोगों के दूसरे होर कास्ट के लोगों ने दुकाना कीतिया हुई, पर इत्थे अज तक बाणिया कौम का कोई भी इत्थे रहिंदा नहीं, सब चले गए, क्योंकि गुरु महाराज जी का यह वचन सीगे कि इत्थों के बाणिए ढिले रहणगे, क्योंकि ढिला गुड़ देण करके महाराज जी तो ये वचन निकल गए कि इत्थों के बाणिए ढिले रहणगे। सो सतगुरु जी वचन अटल होए हैं महाराज जी दे। सो आप दर्शन कर रहे हैं जी गुरुद्वारा मिठा खूह साहिब दे। सुलो आओ पहन। हाँ जी हाँ, इधर हुक्मनामे साहब ने जी नौवीं पाशी दे। सो आप सब संगतां नूं सरवण कराने हैं। नगर मूलोवाल दी संगत नूं वर दिता, जद कोई नगर विच भीड़ पवे तां इस जगह आके पंचायत ने हरदासां करना है ते दुख दूर होणगे। इस जगह अज खुद गुरु तेग बहादुर जी ने चार इटां दी नींव रखी मंजी साहिब दी, जो इस दी पहली सेवा गुरु बहु फल पाऊ। इस जगह ते सुल्तान दी सी पहले, अज तो धर्मसाल मंदिर गुरु तेग बहादुर साहिब जी दा हो चुकिया है। इस जगह तो तुरंग हेठ एक छप्पड़ी है सिखे दे रस्ते उपर मेरे च उस सतगुरु इशनान करदे रहे। इस छप्पड़ी नू महाराज ने वर दिता कि मस्या ते इशनान करेगा, उस दे सबे दूर दुख दूर होणगे। इस तो ध्रुव हेठ एक मला दा रुख है, इस नाल गुरु दा घोड़ा हुंदा सी। महाराज ने इस मले नू वर दिता कि इसकी आयु दीर्घ होवेगी। सो आप उस संगतां आपां पहलां उस गुरु घर दे दर्शन कर चुके हैं जिथे मले दा रुख नाल महाराज जी ने घोड़ा बन्या सी। सो महाराज जी ने परतका विच आप गढ़बाल तो लिखाई सुखनंद तो इत्थे दे पताल नू मिठा कीता, बाणियां नू ढिले कहा, गोदे चौधरी दा माण तोड़िया, गरीबां नू पग्गां दे के माण बख्शिया, पंचायत नू बल बख्शिया। जिन्ना चिर गुरु घर दे सिख रहणगे चढ़दी कला रहेगी, इस ढिले नहीं रहणगे। गुरु जी ने नगरी गुरां ने फरमाया मूलोवाल नू, इत्थे सतगुर चार दिन रहे, नगर ने सेवा बहुत की। एक पोह 1720 नू इत्थे चौथे पोह नू 1720 नू चाले पा दिते। सो सतगुरु महाराज जी का ये जी इतिहास है, जो अंदर अपने उधर हुक्मनामे दे दर्शन किए गए वो इत्थे लिखा गया है उसनू। सो इस नगर नू बड़ियां बख्शिश दित्तियां ते गुरु साहब जी ने अपनी नगरी कहा इस नगर नू। सो साहिब तन तन श्री गुरु गोबिंद सिंह जी महाराज जी जो इत्थे 15 पोह नू आप जो समागम होंदे हन, सो इत्थे हाजिर होंदे हन, महाराज जी दे वचन हन। सो आप सो दरबार साहब दे दर्शन कर रहे हो। आप संगतां दर्शन कर रहे हैं जी साहिब श्री गुरु ग्रंथ साहिब जी दे। सो चरण छो प्रापत तन तन छेवें नौवीं पातशाही साहिब श्री गुरु तेग बहादुर साहब जी, तन तन श्री गुरु गोबिंद सिंह जी दसवीं पातशाही दे चरण छो प्रापत नगर मूलोवाल दे। बहुत ही सुंदर दरबार साहब जी। वाहे गुरु, वाहे गुरु।
ਸੋ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਨਗਰ ਨੂੰ ਬਹੁਤ ਹੀ ਮਾਣ ਅਤੇ ਬਖਸ਼ਿਸ਼ਾਂ ਨਾਲ ਭਰ ਦਿੱਤਾ ਕਿ ਜਿੱਥੇ ਕਿ ਕਹਿ ਦਿੱਤਾ ਕਿ ਮੂਲੋਵਾਲ ਸਾਡੀ ਨਗਰੀ ਹੋਵੇਗੀ ਸੋ ਗੁਰੂ ਕਾ ਨਗਰ ਹੋਵੇਗਾ ਸੋ ਸਤਿਗੁਰੂ ਮਹਾਰਾਜ ਜੀ ਦੇ ਵਚਨ ਹਨ ਜੋ ਵੀ ਇੱਥੇ ਆ ਕੇ ਸੱਚੇ ਮਨੋਂ ਅਰਦਾਸਾਂ ਬੇਨਤੀਆਂ ਕਰਦਾ ਹੈ ਸੋ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਸਤਿਗੁਰੂ ਮਹਾਰਾਜ ਜੀ ਨੇ ਆਪ ਵਚਨ ਕੀਤੇ ਹਨ ਕਿ ਜੋ ਵੀ ਇੱਥੇ ਆ ਕੇ ਸ਼ਰਧਾ ਨਾਲ ਅਰਦਾਸ ਕਰੇਗਾ ਸੋ ਸਤਿਗੁਰੂ ਮਹਾਰਾਜ ਜੀ ਉੱਤੇ ਕਿਰਪਾ ਕਰਨਗੇ ਇੱਧਰ ਗੁਰੂ ਘਰ ਦੇ ਲੰਗਰ ਬਣੇ ਹਨ ਲੰਗਰ ਹਾਲ ਲੰਗਰ ਦੀ ਰਸੋਈ